पंजाब के मुख्यमंत्री भगवंत मान के एक विवादित बयान के बाद लगातार किसान नेताओं के निशाने पर हैं सीएम भगवंत मान। अब भारतीय किसान यूनियन उग्राहा के नेता जोगिंदर सिंह उग्राहा ने भी अपनी प्रतिक्रिया दी है। क्या कुछ कह रहे हैं जोगिंदर सिंह उग्राहा, चलिए आपको दिखाते हैं। देखो, असी जिन्ने भी हुण तक साढ़े प्रदर्शन होए ने, असी बहुत सोच समझ के प्रदर्शन किए। असी पहला एक जाम करके हटिया, असी डीसी दफ्तर के मूहरे धरने ला के हटिया, असी अर्थी फूक मुजहरे करके हटिया। असी एस के एम वालों जिहड़े भी मसले कोई एजेंडा लीकदे आ, कोई प्रोग्राम दिंदे आ, असी इह गल नूं ध्यान च रखदे आ वी लोक परेशान ना होण। असी उहो जिहे एक्शन दा प्लैन करदे आ, साढ़े इह ध्यान च है, हुण भी साढ़े इह ध्यान च है। ਸਾਡੇ ਹੁਣ ਵੀ ਇਹ ਜਿਹੜੇ ਐਕਸ਼ਨ ਤੁਸੀਂ ਦੇਖ ਲਓ ਕਿੰਨੇ ਐਕਸ਼ਨ ਨੇ, ਇੱਕ ਇਕੱਲੇ ਪੰਜਾਬ ਬੰਦ ਨੂੰ ਲੈ ਕੇ, ਜਦੋਂ ਪੰਜਾਬ ਬੰਦ ਹੁੰਦਾ ਉਦੋਂ ਜਾਂ ਹਿੰਦੁਸਤਾਨ ਬੰਦ ਹੁੰਦਾ ਉਦੋਂ ਅਸੀਂ ਸਾਰੀਆਂ ਜਗ੍ਹਾ 'ਤੇ ਸਭ ਕੁਛ ਹੀ ਬੰਦ ਹੁੰਦਾ, ਉਦੋਂ ਕੋਈ ਸਮੱਸਿਆ ਨਹੀਂ ਆਉਂਦੀ ਹੁੰਦੀ। ਅੱਛਾ, ਇੱਕ ਸਵਾਲ ਹੋਰ ਹੈ, ਫਰੀਦਕੋਟ ਦੇ ਵਿੱਚ ਜਗਜੀਤ ਸਿੰਘ ਗੱਲੇ ਵਾਲੇ ਮਨਵਰ 'ਤੇ ਬੈਠ ਗਏ ਨੇ, 12 ਵਜੇ ਤੱਕ ਤਾਂ ਅਲਟੀਮੇਟ ਸੀ ਪਰ ਜਵਾਬ ਨਹੀਂ ਆਇਆ ਪੰਜਾਬ ਸਰਕਾਰ ਵੱਲੋਂ, ਜਿਹੜਾ ਉਹ ਧਰਨਾ ਚੱਲ ਰਿਹਾ ਉਹਨੂੰ ਕਿਵੇਂ ਦੇਖਦੇ ਹੋ? ਉਹ ਦੇਖੋ, ਇੱਕ ਜਥੇਬੰਦੀ ਵੱਖਰੀ ਹੈ, ਉਹਨਾਂ ਦਾ ਵੱਖਰਾ ਪ੍ਰੋਗਰਾਮ, ਅਸੀਂ ਉਹਦੇ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੇ। ਉਹ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ ਉਹਦਾ ਜਵਾਬ ਦੇ ਹੋਊਗੀ। ਦੇਖੋ, ਇੱਕ ਕਿਸਾਨ ਜਥੇਬੰਦੀ ਔਰਗੇਨਾਈਜੇਸ਼ਨ ਆ, ਅਸੀਂ ਜਥੇਬੰਦੀਆਂ ਔਰਗੇਨਾਈਜੇਸ਼ਨ ਸਾਰੀਆਂ ਇਕੱਠੀਆਂ ਬੈਠੇ ਹਾਂ, ਜੋ ਸਾਡੇ ਸਾਂਝਾ ਪ੍ਰੋਗਰਾਮ ਅਸੀਂ ਸਾਂਝਾ ਕਰਦੇ ਹਾਂ, ਜਿਹੜਾ ਅਸੀਂ ਇਕੱਲੇ ਇਕੱਲੇ ਕਰਦੇ ਹਾਂ ਉਹਦੇ ਅਸੀਂ ਇਕੱਲੇ ਇਕੱਲੇ ਜਵਾਬ ਦੇ ਹਾਂ।